ਰੱਸੀ ਵੀ ਲੈ ਲੈ ਗਾਜ ਮਾਰੇ ਜਿਵੇਂ ਹੁਣ ਆਪਾਂ ਲਿਮਕੇ ਵਾਲੀ ਬੋਤਲ ਲੈ ਲਈਏ 600-700 ml ਦੀ ਹੁੰਦੀ ਹੈ ਉਨੀ ਕੋ ਧੋ ਨਹੀਂ ਰਹੇਗੀ ਤੇ ਆ ਇੱਥੋਂ ਦਵਾਈ ਛੱਡ ਲੈ ਹਾਂ ਡ੍ਰਿਪ ਵਾਲਾ ਸਿਸਟਮ ਲਾਤਾ ਮਤਲਬ ਆਹ ਢੱਕਣ 'ਚ ਡ੍ਰਿਪ ਵੜਤੀ ਇਹ ਤੁਹਾਨੂੰ ਸਾਰਿਆਂ ਨੂੰ ਦਿਖਦੀ ਹੋਊ ਅਤੇ ਥੱਲੋਂ ਆ ਪਾਈਪ ਲਾਤੀ ਉਹ 'ਚ ਦਵਾਈ ਪਾਤੀ ਬਸ ਜਦੋਂ ਜਿੰਨੀ ਕੁ ਲੋੜ ਆ ਉਨੀ ਕੁ ਡ੍ਰਿਪ ਖੋਲ੍ਹ ਲਈ ਉਹ ਦੇਖੋ ਧਾਰ ਪੈਂਦੀ ਦੇਖੋ ਥੱਲੇ ਉਹ ਫਿਰ ਬੰਦ ਕਰ ਲਏ ਬਸ ਇਸ ਹਿਸਾਬ ਨਾਲ ਪਾਈ ਜਾਂਦੇ ਜੀ।